ਮੈਨੂੰ ਸਾਰੇ ਇਹੀ ਕਹਿ ਰਹੇ ਨੇ ਕਿ ਅਸੀਂ ਤੇਰੇ ਤੋਂ ਬਿਨਾ ਡੋਗਰ ਕੋਈ ਹੋਰ ਸੋਚ ਨਹੀਂ ਸਕਦੇ, ਕੋਈ ਵੇਖ ਨਹੀਂ ਸਕਦੇ। ਤੋ ਇਹ ਕਿਤੇ ਨਾ ਕਿਤੇ ਸਾਰਿਆਂ ਦੀ ਬਹੁਤ ਵੱਡੀ ਗੱਲ ਹੈ ਮੇਰੇ ਲਈ। ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਐਮੀ ਵਿਰਕ ਵੀਰ ਨੇ ਆਪਣੀ ਥਾਂ ਤੇ ਬਹੁਤ ਸੋਹਣਾ ਕੰਮ ਕੀਤਾ ਹੈ। ਦੇਵ ਕਰੌਣ ਨੇ, ਨਾਇਕਰਾ ਨੇ, ਹਰ ਇੱਕ ਨੇ, ਮੈਂ ਕਹੂੰਗਾ ਚਤਰੇ ਨੇ, ਮਾਕ ਰੰਧਾਵੇ ਨੇ, ਕੁਲਜਿੰਦਰ ਸਿੱਧੂ ਨੇ, ਪਰਮਵੀਰ ਸਿੰਘ ਨੇ, ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਤੇ ਮੈਂ ਜੈਨੂਨਲੀ ਜੈਨੂਨਲੀ ਦੱਸ ਰਿਹਾ, ਸਾਰਿਆਂ ਦਾ ਕੰਮ ਮੈਨੂੰ ਪਰਸਨਲੀ ਬਹੁਤ ਪਸੰਦ ਹੈ। ਮੌੜ ਜਿਹੜੀਆਂ ਮੌੜ ਵਰਗੀਆਂ ਫਿਲਮਾਂ ਕਦੇ ਕਦੇ ਬਣਦੀਆਂ ਨੇ, ਇਹ ਸਾਡੇ ਪੰਜਾਬੀ ਸਿਨੇਮਾ ਲਈ, ਪੰਜਾਬ ਲਈ ਮੈਂ ਕਹੂੰਗਾ ਕਿ ਮਾਣ ਵਾਲੀ ਗੱਲ ਹੈ ਕਿ ਜੋਨੇ ਮੌੜ ਜੋ ਕਿ ਰੋਬਿਨਹੁੱਡ ਨੇ ਸਾਡੇ ਪੰਜਾਬ ਦੇ ਐਡੇ ਵੱਡੇ ਹੀਰੋ ਨੇ ਪਏ ਨੇ, ਉਹਨਾਂ ਦੀ ਇੱਕ ਫਿਲਮ ਬਣੀ ਹੈ ਜੋ ਕਿ ਬਹੁਤ ਖੂਬਸੂਰਤ ਬਣਾਈ ਹੈ। ਵਿਕਰਮਜੀਤ ਵਿਰਕ ਸਾਡੇ ਨਾਲ ਮੌਜੂਦ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਲੀ ਤਾਂ ਨਹੀਂ ਹੈਗੀ? ਹਾਂਜੀ, ਅਸਲੀ ਤਾਂ ਨਹੀਂ ਆ ਕੁਛ? ਨਹੀਂ ਅਸਲੀ ਆ, ਇਹ ਗੋਲੀਆਂ ਵਿੱਚ ਪਈਆਂ, ਬਚ ਕੇ ਰਹੋ, ਜਰਾ ਦੂਰ ਰਹੋ, ਥੋੜਾ ਦੂਰ ਰਹੋ ਜੀ। ਸੋ ਮੈਂ ਨਾ ਇੰਟਰਵਿਊ 'ਚ ਤੁਹਾਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਜਦੋਂ ਫਿਲਮ ਆਊਗੀ ਨਾ ਡੋਗਰ ਦੀ ਇੱਕ ਅਲੱਗ ਫੈਨ ਫੋਲੋਇੰਗ ਹੋਣੀ ਹੈ, ਤੇ ਬਾਕੀ ਉਹ ਚੀਜ਼ ਮੈਨੂੰ ਲੱਗ ਰਹੀ ਆ, ਖੁਦ ਨੂੰ ਫੀਲ ਹੋ ਰਹੀ, ਬਹੁਤ ਤਾਰੀਫ ਆ ਰਹੀਆਂ ਨੇ ਤੁਹਾਡੀ। ਚਲੋ ਸ਼ੁਕਰ ਹੈ ਤੁਹਾਡਾ ਸਾਰਿਆਂ ਦਾ, ਸਾਰੇ ਜਿਨ੍ਹਾਂ ਨੇ ਫਿਲਮ ਦੇਖੀ ਹੈ ਪਸੰਦ ਕੀਤਾ ਹੈ। ਮੈਨੂੰ ਲੱਗਦਾ ਮੈਂ ਜਿੰਨੇ ਕੁ ਜੋਗਾ ਹੀ ਜੋ ਹੁਣ ਤੱਕ ਸਿੱਖਿਆ ਮੈਂ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਹੁਣ ਮੈਨੂੰ ਇਹ ਪਲੀਜ਼ ਦੱਸੋ ਕਿ ਤੁਹਾਨੂੰ ਸਵੇਰੇ ਅਸੀਂ ਨਾ ਰਿਵਿਊ ਲੈਣ ਗਏ ਸੀਗੇ, ਹਾਊਸਫੁੱਲ ਸੀਗਾ ਇੱਕ ਤਾਂ, ਦੂਜਾ ਲੋਕ ਤਾਰੀਫ ਬਹੁਤ ਕਰ ਰਹੇ ਸੀ ਕਿ ਉਹ ਸਾਰਾ 'ਚ ਲੈ ਗਈ ਫਿਲਮ, ਸਪੈਸ਼ਲੀ ਐਮੀ ਦੇਵ ਔਰ ਤੁਹਾਡੀ ਕੁਲਜਿੰਦਰ ਸਰ ਦੀ ਬਹੁਤ ਤਾਰੀਫ ਹੋ ਰਹੀ ਸੀ। ਸੋ ਕੀ ਕਹਿਣਾ ਹੈ ਸਭ ਤੋਂ, ਤੁਹਾਨੂੰ ਬੈਸਟ ਕੰਪਲੀਮੈਂਟ ਕਿਹੜਾ ਮਿਲ ਗਿਆ ਹੁਣ ਤੱਕ ਸਵੇਰ? ਮੈਨੂੰ ਸਾਰੇ ਇਹੀ ਕਹਿ ਰਹੇ ਨੇ ਕਿ ਅਸੀਂ ਤੇਰੇ ਤੋਂ ਬਿਨਾਂ ਡੋਗਰ ਕੋਈ ਹੋਰ ਸੋਚ ਨਹੀਂ ਸਕਦੇ, ਕੋਈ ਵੇਖ ਨਹੀਂ ਸਕਦੇ। ਤੋ ਇਹ ਕਿਤੇ ਨਾ ਕਿਤੇ ਸਾਰਿਆਂ ਦੀ ਬਹੁਤ ਵੱਡੀ ਗੱਲ ਹੈ ਮੇਰੇ ਲਈ, ਅਤੇ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਐਮੀ ਵਿਰਕ ਵੀਰ ਨੇ ਆਪਣੀ ਥਾਂ 'ਤੇ ਬਹੁਤ ਸੋਹਣਾ ਕੰਮ ਕੀਤਾ ਹੈ। ਦੇਵ ਕਰੌਣ ਨੇ, ਨਾਇਕਰਾ ਨੇ, ਹਰ ਇੱਕ ਨੇ, ਮੈਂ ਕਹੂੰਗਾ ਚਤਰੇ ਨੇ, ਮਾਕ ਰੰਧਾਵੇ ਨੇ, ਕੁਲਜਿੰਦਰ ਸਿੱਧੂ ਨੇ, ਪਰਮਵੀਰ ਸਿੰਘ ਨੇ, ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ। ਅਤੇ ਮੈਂ ਜੈਨੂਨਲੀ ਜੈਨੂਨਲੀ ਦੱਸ ਰਿਹਾ, ਸਾਰਿਆਂ ਦਾ ਕੰਮ ਮੈਨੂੰ ਪਰਸਨਲੀ ਬਹੁਤ ਪਸੰਦ ਹੈ। ਐਂਡ ਤੇ ਜਿਹੜਾ ਫਾਈਟਿੰਗ ਸੀਨ ਆਉਂਦਾ ਹੈ ਨਾ, ਉਹ ਬਹੁਤ ਜ਼ਿਆਦਾ ਆਈਕੋਨਿਕ, ਆਈ ਥਿੰਕ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾ ਉਹ ਸੀਨ ਨੂੰ ਜ਼ਰੂਰ ਡਿਸਕ੍ਰਾਈਬ ਕੀਤਾ ਜਾਇਆ ਕਰੂਗਾ, ਚਾਹੇ ਫਿਰ ਫਿਲਮ ਸਟੱਡੀਜ਼ ਵਾਸਤੇ ਹੋਵੇ ਜਾਂ ਫਿਰ ਵੈਸੇ ਪੰਜਾਬੀ ਸਿਨੇਮਾ ਦੀ ਗੱਲ ਹੋਊਗੀ ਨਾ, ਅਤੇ ਉਹ ਸੀਨ ਜਿਹੜਾ ਬਹੁਤ ਆਈਕੋਨਿਕ ਬਣ ਜੂਗਾ, ਉਸ ਸੀਨ ਦੀ ਕੋਈ ਯਾਦ ਸਾਂਝੀ ਕਰਨਾ ਚਾਹੋ? ਯਾਦਾਂ ਕਾਫੀ ਨੇ, ਉਹ ਮੇਰੇ ਖਿਆਲ 'ਚ ਕੋਠੇ ਜਦੋਂ ਛਾਲ ਮਾਰੀ ਸੀ ਕਾਫੀ ਔਖਾ ਸੀਗਾ ਉਹ, ਹੈ ਨਾ, ਥੱਲੇ ਸਾਰਾ ਕੁਝ ਔਖਾ ਸੀਗਾ ਜਦੋਂ ਬੰਦੇ 'ਤੇ ਗੋਲੀਆਂ ਵੱਜਦੀਆਂ, ਜ਼ਿੰਦਗੀ 'ਚ ਕਿਤੇ 7-8 ਗੋਲੀਆਂ ਵੱਜੀਆਂ ਹੋਣ, ਅਤੇ ਉਹ ਇਮੈਜਿਨ ਕਰਨਾ, ਉਹ ਸੋਚਣਾ, ਇੱਕ ਜਿਹੜੀ ਫੀਲਿੰਗ ਹੈ ਅੰਦਰ ਤੁਹਾਡੀ ਇੰਟਰਨਲ ਫੀਲਿੰਗ ਹੈ ਜਿਹੜੀ, ਉਹ ਬਹੁਤ ਔਖੀ ਚੀਜ਼ ਹੈ। ਅਤੇ ਉਹ ਕਿਤੇ ਨਾ ਕਿਤੇ ਮੈਨੂੰ ਮਤਲਬ ਇੰਨੀ ਆਸਾਨੀ ਨਾਲ ਨਹੀਂ ਸੀ ਹੋਇਆ, ਮੈਨੂੰ ਲੱਗਿਆ ਵੀ ਮੇਰਾ ਕਿਤੇ ਨਾ ਕਿਤੇ ਬਹੁਤ ਟਿਲ ਲੱਗਾ ਸੀ, ਬਹੁਤ ਐਨਰਜੀ ਲੱਗੀ ਸੀ, ਬਹੁਤ ਜ਼ੋਰ ਲੱਗਾ ਸੀਗਾ, ਅਤੇ ਬਟ ਠੀਕ ਹੈ, ਸੋਹਣਾ ਨਿਕਲ ਗਿਆ। ਹਾਂ ਐਗਜੈਕਟਲੀ, ਕਿਉਂਕਿ ਉਹਦੇ ਗੋਲੇ ਵੱਜ ਰਹੀਆਂ ਫਿਰ ਵੀ ਉਹ ਬੰਦੇ 'ਚ ਕਿਤੇ ਨਾ ਕਿਤੇ ਅਣਖ ਹੈ, ਅਤੇ ਉਹ ਜਿਹੜੇ ਡਾਇਲੋਗਸ ਬੋਲ ਰਿਹਾ ਹੈ ਨਾ, ਉਹ ਕੀ ਤੇਰੀ ਮੇਰੀ ਕਹਾਣੀ ਵੀ ਆਉਂਦੇ ਸਮੇਂ ਤੱਕ ਯਾਦ ਰਹਿਣੀ ਹੈ। ਸੋ ਦਰਸ਼ਕਾਂ ਲਈ ਕੀ ਕਹਿਣਾ ਚਾਹੋਗੇ? ਤਾਂ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਮੌੜ ਜਿਹੜੀਆਂ ਮੌੜ ਵਰਗੀਆਂ ਫਿਲਮਾਂ ਕਦੇ ਕਦੇ ਬਣਦੀਆਂ ਨੇ, ਇਹ ਸਾਡੇ ਪੰਜਾਬੀ ਸਿਨੇਮਾ ਲਈ, ਪੰਜਾਬ ਲਈ ਮੈਂ ਕਹੂੰਗਾ ਕਿ ਮਾਣ ਵਾਲੀ ਗੱਲ ਹੈ ਕਿ ਜੋਨੇ ਮੌੜ ਜੋ ਕਿ ਰੋਬਿਨਹੁੱਡ ਨੇ ਸਾਡੇ ਪੰਜਾਬ ਦੇ ਐਡੇ ਵੱਡੇ ਹੀਰੋ ਨੇ ਪਏ ਨੇ, ਉਹਨਾਂ ਦੀ ਇੱਕ ਫਿਲਮ ਬਣੀ ਹੈ ਜੋ ਕਿ ਬਹੁਤ ਖੂਬਸੂਰਤ ਬਣਾਈ ਹੈ, ਜਤਿੰਦਰ ਮੋਹਰ ਜੀ ਨੇ, ਕਾਰਜ ਗਿੱਲ ਜੀ ਪ੍ਰੋਡਿਊਸਰ ਨੇ, ਜਤਿੰਦਰ ਜਤਿਨ ਸੇਠੀ ਜੀ, ਸਾਰਿਆਂ ਦਾ ਬਹੁਤ ਸੋਹਣਾ ਕੰਮ ਹੈ। ਫਿਲਮ ਜ਼ਰੂਰ ਜਾ ਕੇ ਵੇਖੋ, ਅਤੇ ਇਹ ਫਿਲਮ ਮਿਸ ਕਰਨ ਵਾਲੀ ਨਹੀਂ ਹੈਗੀ, ਤੁਸੀਂ ਮਤਲਬ ਫੁੱਲ ਇੰਜੋਏ ਕਰੋਗੇ।